ਸਟੋਕ ਸਿੰਘ ਧੀਰ ਦੀ ਕਹਾਣੀ ਸਾਂਝੀ ਕੰਧ ਉੱਚ ਪੱਧਰ ਦੀ ਕਹਾਣੀਆਂ ਵਿੱਚੋਂ ਇੱਕ ਕਹਾਣੀ ਹੈ ਜੋ ਕਿ ਪੇਂਡੂ ਪਰਿਵਾਰ ਨਾਲ ਸੰਬੰਧਿਤ ਹੈ ਜਿਸ ਵਿੱਚ ਕਿ ਦੋ ਭਰਾ ਕਪੂਰ ਸਿੰਘ ਦੋ ਭਰਾਵਾਂ ਦੀ ਕਹਾਣੀ ਹੈ ਕਿਹੜੇ ਨੇ ਦੋ ਭਰਾ ਕਪੂਰ ਸਿੰਘ ਤੇ ਦਰਬਾਰਾ ਸਿੰਘ ਕਿਹੜੀ ਗੱਲ ਨੂੰ ਲੈ ਕੇ ਝਗੜਾ ਹੋਇਆ ਯੈਸ ਜੋ ਕਹਾਣੀ ਦਾ ਟਾਈਟਲ ਹੈ ਇਹ ਕਹਾਣੀ ਸਾਰੀ ਕਹਾਣੀ ਕਿਹਦੇ ਦੁਆਲੇ ਘੁੰਮਦੀ ਹੈ ਕਪੂਰ ਸਿੰਘ ਤੇ ਦਰਬਾਰਾ ਸਿੰਘ ਇਕੁਅਲ ਇੰਪੋਰਟੈਂਸ ਹੈ ਦੋਨੋਂ ਪਾਤਰ ਮੁੱਖ ਪਾਤਰ ਨੇ ਕਪੂਰ ਸਿੰਘ ਤੇ ਦਰਬਾਰਾ ਸਿੰਘ ਇਹਨਾਂ ਦੇ ਦੁਆਲੇ ਸਾਰੀ ਕਹਾਣੀ ਘੁੰਮਦੀ ਹੈ ਦੋ ਘਰਾਂ ਦੀ ਸਾਂਝੀ ਕੰਧ ਇਸ ਕਹਾਣੀ ਦਾ ਮੁੱਖ ਵਿਸ਼ਾ ਹੈ ਨੋਟ ਕਰੋ ਇਸ ਕਹਾਣੀ ਦਾ ਮੁੱਖ ਵਿਸ਼ਾ ਦੋ ਘਰਾਂ ਦੀ ਸਾਂਝੀ ਕੰਧ ਹੈ ਕਿਹੜੇ ਦੋ ਘਰਾਂ ਦੀ ਕਪੂਰ ਸਿੰਘ ਦਰਬਾਰਾ ਸਿੰਘ ਫਿਰ ਨੋਟਬੁੱਕ ਤੇ ਨੋਟ ਕਰੋ ਬੇਟੇ ਕੁਸ਼ਚਨ ਸਾਰੇ ਵਧੇਰੇ ਮੀਂਹ ਪੈਣ ਕਾਰਨ ਹੁਣ ਅਗਲਾ ਸਟੈਪ ਕੀ ਸੀ ਬਾਰਿਸ਼ਾਂ ਹੋਈਆਂ ਵਧੇਰੇ ਮੀਂਹ ਪੈਣ ਕਾਰਨ ਕਪੂਰ ਸਿੰਘ ਦਾ ਘਰ ਢਹਿ ਗਿਆ ਕਿਸ ਦਾ ਘਰ ਢਹਿ ਗਿਆ ਵਨ ਮਾ ਕੁਸ਼ਚਨ ਕਿਸ ਕਾਰਨ ਬਹੁਤ ਜ਼ਿਆਦਾ ਮੀਂਹ ਪੈਣ ਕਾਰਨ 8 ਮਹੀਨਿਆਂ ਦੀ ਕਿੰਨੇ ਮਹੀਨਿਆਂ ਦੀ ਖੱਜਲ ਖੁਆਰੀ 8 ਮਹੀਨਿਆਂ ਦੀ ਖੱਜਲ ਖੁਆਰੀ ਤੋਂ ਬਾਅਦ ਉਸਨੇ ਮਕਾਨ ਬਣਾਉਣ ਲਈ ਪੈਸਿਆਂ ਦਾ ਇੰਤਜ਼ਾਮ ਨਾ ਕਰ ਸਕਿਆ ਕਿੱਥੇ ਕਿੱਥੇ ਧੱਕੇ ਖਾਧੇ ਉਹਨੇ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਵਿੱਚ ਧੱਕੇ ਖਾਧੇ ਪਰ ਗੱਲ ਨਾ ਬਣੀ ਬੜੇ ਚੱਕਰ ਕੱਟੇ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ 'ਚ ਗੱਲ ਕਿਉਂ ਨਹੀਂ ਬਣਦੀ ਗੱਲ ਕਿਉਂ ਨਹੀਂ ਬਣਦੀ ਕਿਉਂਕਿ ਉੱਥੇ ਵਜ਼ੀਰਾਂ ਦੀਆਂ ਸਿਫਾਰਿਸ਼ਾਂ ਪਾ ਕੇ ਹੀ ਕੋਈ ਗੱਲ ਬਣ ਸਕਦੀ ਹੈ ਤੇ ਵਜ਼ੀਰਾਂ ਦੀਆਂ ਸਿਫਾਰਿਸ਼ਾਂ ਪਾ ਕੇ ਉਹਨੇ ਕੀ ਕੀਤਾ 10 ਵਿਘੇ ਜ਼ਮੀਨ ਜ਼ਮਾਨਤੀ ਰੱਖ ਕੇ ਕੀ ਲੈ ਲਿਆ ਕਰਜ਼ਾ ਲਿਆ ਨੋਟ ਕਰੋ ਕਿੰਨੇ ਵਿਘੇ ਜ਼ਮੀਨ 10 ਵਿਘੇ ਜ਼ਮੀਨ ਵਿਘੇ ਕਿਲੇ ਨਾਲੋਂ ਛੋਟੇ ਹੁੰਦੇ ਨੇ 10 ਵਿਘੇ ਜ਼ਮੀਨ ਯੈਸ ਜਿਹੜੇ ਕਿਲੇ ਹੁੰਦੇ ਨੇ ਉਹ ਬਹੁਤ ਵੱਡੇ ਕਿੰਨੇ ਕਿਲਿਆਂ ਦਾ ਮਾਲਕ ਹੈ ਉਹਦੇ ਨਾਲ ਉਹ ਵਿਘੇ ਘੱਟ ਹੁੰਦੇ ਨੇ ਇਹ ਮੇਜ਼ਰਮੈਂਟ ਵਿੱਚ ਆਉਂਦੇ ਨੇ 10 ਵਿਘੇ ਜ਼ਮੀਨ ਉਹਨੇ ਜ਼ਮਾਨਤ ਤੇ ਰੱਖ ਕੇ ਕਰਜ਼ਾ ਲੈ ਲਿਆ ਮਕਾਨ ਬਣਾਉਣ ਦੇ ਲਈ ਸਾਰੇ ਸਮਾਨ ਦਾ ਇੰਤਜ਼ਾਮ ਵੀ ਕਰ ਲਿਆ ਇਹ ਆਪਾਂ ਕੱਲ੍ਹ ਦੀ ਕਲਾਸ 'ਚ ਰੀਡ ਕੀਤਾ ਹੁਣ ਕੀ ਬਣੀ ਗੱਲ ਸੱਜੇ ਪਾਸੇ ਵਾਲੀ ਕੰਧ ਕਿਹਦੇ ਨਾਲ ਸਾਂਝੀ ਹੈ ਸੱਜੇ ਪਾਸੇ ਵਾਲੀ ਕੰਧ ਚਾਚੀ ਰਾਮ ਕੌਰ ਨੋਟ ਕਰੋ ਚਾਚੀ ਰਾਮ ਕੌਰ ਨਾਲ ਸੱਜੇ ਪਾਸੇ ਵਾਲੀ ਕੰਧ ਸਾਂਝੀ ਹੈ ਕਪੂਰ ਸਿੰਘ ਦੇ ਘਰ ਦੇ ਨਾਲ ਹੀ ਦਰਬਾਰੇ ਦਾ ਘਰ ਵੀ ਥੋੜਾ ਜਿਹਾ ਹਿੱਸਾ ਡਿੱਗ ਪਿਆ ਇਹ ਤਾਂ ਨਹੀਂ ਕਿ ਨੁਕਸਾਨ ਉਹਦਾ ਨਹੀਂ ਹੋਇਆ ਖੱਬੇ ਪਾਸੇ ਦੀ ਕੰਧ ਕਿਹਦੇ ਨਾਲ ਸਾਂਝੀ ਹੈ ਦਰਬਾਰਾ ਸਿੰਘ ਨਾਲ ਦਰਬਾਰਾ ਸਿੰਘ ਆਪ ਵੀ ਤੰਗ ਸੀ ਉਹਨੂੰ ਵੀ ਕੰਧ ਦੀ ਲੋੜ ਹੈ ਪਰ ਉਹ ਕੁਛ ਬੋਲਦਾ ਹੀ ਨਹੀਂ ਹੈ ਉਹ ਚੁੱਪ ਕਰਕੇ ਬੈਠਾ ਕਿਉਂ ਉਹਦਾ ਕਾਰਨ ਕੀ ਹੈ ਬੇਟੇ ਦੱਸੋਗੇ ਕਿਉਂਕਿ ਉਹਦੇ ਕੋਲ ਹੋਰ ਵੀ ਦੋ ਘਰ ਹਨ ਉਹਦੇ ਕੋਲ ਪੈਸੇ ਦੀ ਕੋਈ ਤੰਗੀ ਤੁਰਸ਼ੀ ਨਹੀਂ ਹੈ ਜਿੰਨੀ ਤੰਗੀ ਕਿਹਨੂੰ ਹੈ ਕਪੂਰ ਸਿੰਘ ਨੂੰ ਤੇ ਪਿਛਲੇ ਪਾਸੇ ਕਿਹਨਾਂ ਦੀ ਆਬਾਦੀ ਹੈ ਇਹ ਵੀ ਪੜ੍ਹਿਆ ਆਪਾਂ ਕੱਲ੍ਹ ਦੀ ਕਲਾਸ ਚੰਨਣ ਚਿੰਨੀਏ ਦੀ ਕਿਹਦੀ ਆਬਾਦੀ ਹੈ ਚੰਨਣ ਸਿੰਘ ਇਹ ਸਾਰੇ ਵਨ ਮਾ ਕੁਸ਼ਚਨ ਨੋਟ ਕਰ ਲਓ ਮੈਂ ਰਿਪੀਟ ਕਰ ਰਹੀ ਹਾਂ ਕੱਲ੍ਹ ਦੀ ਕਲਾਸ ਵੀ ਆਪਾਂ ਕੀਤੇ ਸੀ ਜਿਹੜੇ ਨੇਮ ਆਏ ਨੇ ਚੰਨਣ ਸਿੰਘ ਚਿੰਨੀਏ ਦੀ ਆਬਾਦੀ ਹੈ ਪਿਛਲੇ ਪਾਸੇ ਸੱਜੇ ਪਾਸੇ ਰਾਮ ਪਿਆਰੀ ਦੀ ਕੰਧ ਹੈ ਸੋਰੀ ਰਾਮ ਕੌਰ ਦੀ ਖੱਬੇ ਪਾਸੇ ਦਰਬਾਰਾ ਸਿੰਘ ਨਾਲ ਕੰਧ ਸਾਂਝੀ ਹੈ ਪਿਛਲੇ ਪਾਸੇ ਚੰਨਣ ਸਿੰਘ ਚਿੰਨੀਏ ਦੀ ਆਬਾਦੀ ਹੈ ਉਸਨੇ ਕਦੇ ਨਾ ਕਦੇ ਦੋ ਖਣ ਛੱਤਨੇ ਹੀ ਸਨ ਦੋ ਖਣ ਮੀਨ ਸ਼ਤੀਰ ਪਾ ਕੇ ਬਾਲਿਆਂ ਦੀ ਛੱਤ ਛੱਤਣੀ ਸੀ ਕਿੰਨੇ ਕਪੂਰ ਸਿੰਘ ਨੇ ਇਸ ਲਈ ਉਹਨੇ ਸ਼ਤੀਰ ਧਰਨ ਵੇਲੇ ਸ਼ਤੀਰ ਆਹ ਜਿਵੇਂ ਵੱਡੇ ਵੱਡੇ ਗਾਰਡਰ ਪਏ ਹੋਏ ਨੇ ਉਸੇ ਤਰ੍ਹਾਂ ਸ਼ਤੀਰ ਹੁੰਦੇ ਸੀ ਪਹਿਲਾਂ ਜਦੋਂ ਛੱਤ ਛੱਤਣੀ ਹੁੰਦੀ ਸ਼ਤੀਰ ਛੱਤਣ ਵੇਲੇ ਅੱਧ ਦੇਣਾ ਮੰਨ ਲਿਆ ਦਰਬਾਰੇ ਦੀ ਖੱਬੀ ਬਾਈ ਦਾ ਝਗੜਾ ਰੱਖਦਾ ਸੀ ਝਗੜਾ ਮੁੱਖ ਸੀ ਕਿਉਂਕਿ ਖੱਬੇ ਪਾਸੇ ਕਿਹਦੀ ਕੰਧ ਸਾਂਝੀ ਹੈ ਦਰਬਾਰੇ ਦੀ ਜੋ ਨਹੀਂ ਸੀ ਮੁੱਕਦਾ ਮੁੱਕਣ 'ਚ ਨਹੀਂ ਆਉਂਦਾ ਕਿਉਂਕਿ ਦਰਬਾਰਾ ਸਿੰਘ ਕਿਸੇ ਗੱਲ ਵਿੱਚ ਰਾਜ਼ੀ ਨਹੀਂ ਹੁੰਦਾ ਮੰਦਾ ਨਹੀਂ ਜਦ ਤੱਕ ਦੋ ਧਿਰਾਂ ਰਾਜ਼ੀ ਨਾ ਹੋਣ ਫਿਰ ਗੱਲ ਕਿੱਥੇ ਆ ਜਾਂਦੀ ਬੇਟੇ
यस, ये सब नू पता ही है। एक दो बारी कपूर सिंह ने दरबारे नू, एक दो बारी की क्या कपूर सिंह ने दरबारे नू कंध कर ली क्या, पर उससे कोई असर ही ना होया। उन्हें इस गल नू गोलिया ही नहीं, दरबारे वाली ये कंध कदों तो कच्ची आ रही सी। की आया वर्ड वडूरुआ तो, वडूरुआ मीन्स बजुर्गां तो, वड्डे वडेरियां तो, एक कच्ची कंध सी। वड्डे वडेरियां तो दरबारे वाली कंध कच्ची सी, थां थां तो खस्ता होई पई सी। खस्ता समझ दियो कमजोर, इसे करके तो मी पैन नाल डिग पई। कपूर सिंह दे नाल लगदी कंध विच उसका निक सुख ते डंगर वच्छा आदि हुंदा सी। कपूर सिंह ने चाची राम कौर ते चन्नन चिन्निए समेत कईयां नूं दरबारे नूं समझाउण लई क्या, पहला आप नहीं गया। उन्हें कहा कि सारिआं दी गल समझ आएगा, जिहड़े साडे नाल आस पास साथी रहिंदे ने। सज्जे पासे राम कौर है, चाची राम कौर, पिछे चन्नन चिन्निए। उन्होंने कहा कि उन्हें समझाओ कोई कि कंध डिगी है, सांझी कंध है ते पैसा तो देना बनता ही है। पर वह गल नूं गोलदा ही नहीं सी। उन्होंने समझाया पर किसी दे कहे दा कोई असर ही नहीं होया। किहदे ते असर नहीं होया? दरबारा सिंह। दो करैक्टर ने कपूर सिंह ते दरबारा सिंह। कपूर सिंह ने दरबारे नाल आप ही गल करनी चाहिए। अगले दिन कपूर सिंह जदों दरबारे दे घर गया तो पता लगा पटवारी वल गया, मगर ही वह चला गया। उत्थे कौन कौन बैठा सी? लंबड़दार, पटवारी, टूंडा लंबड़दार ते सरपंच सारे बैठे सन। कपूर सिंह ने सारिआं दे सामने बड़े धीरज नाल दरबारा सिंह नूं पुछया, पर दरबारा सिंह ने फिर कंध दी, कहिंदा मैनूं लोड़ ही नहीं कोई, तेनू जरूरत है तू जो मर्जी करी जा। इहदे विच सरपंच ने भी उहनूं की कर दित्ता, असीं क्यों आईए दोनों भाईआं दी गल च आपे नबेड़ लो। इह गल की सी? चुकन वाली गल सी। दरबारा सिंह नूं बार बार मनाउण अते दिल चिरवें उत्तर सुण के कपूर सिंह नूं बहुत दुख महसूस होया। उन्हें दिल चीरवें आंदा किसी नूं हर्ट करन वाले शब्द कहने, बहुत ही दुख होया। दरबारा सिंह ने तो पहला तो कपूर सिंह नूं कहा कि वह पैसा खर्चन की जान नहीं है उहदे च। जदों कपूर सिंह ने कहा कि वह आप पैसे खर्च के कंध की उसारी करवा देवेगा तो उस द्वारा खर्चे पैसे बाद विच दे देवे, पर दरबारे का किसी तरह भी मनन लई तैयार नहीं सी। कपूर सिंह ने कहा चलो जे सांझी कंध दे पैसे नहीं देने तो सही, पर उस द्वारा कीती हुई कंध उत्ते शतीर ना रखे, ये भी कह दिता। हुण ध्यान नाल अगो रीड करिए आपां। नैक्सट आपां रीड करना है कपूर सिंह सरपंच दा रुख ताड़ गया। अगे भी वह कई वरिया तो उहदे नाल लगदा सी। दरबारे कप्पल नूं इन्हां गल्लां दी की शर्म? हुण जे कपूर सिंह दा भाई ही सरपंच नूं उसदे खिलाफ वरतण लई मिले तां उहनूं होर की चाहीदा सी। उहने हाँ होर नरम हो के दरबारा साहिब नूं समझाउणा चाहिया, पर दरबारा सिंह किसी भी गल विच मनण लई तैयार नहीं सी। नैक्सट पे कपूर सिंह दी नरमाई ने दरबारे सिंह दी अड़बाई कुछ ढिल्ली कर दित्ती। उहने नरमाई वरती ना, उहने थोड़ा जिहा ढिल्ला होया, घुटियां हुईयां उहदे मत्थे उत्तों मिटन लगियां जिहड़ियां त्योड़ियां पईयां सी। पल ही पल हाँ कर देण लई उहदा जी किता, पर हौली जे सरपंच की किता? सरपंच ने ਘੰਘੂਰਿਆ, ਸਰਪੰਚ ਨੇ ਫਿਰ ਅੜਚਣ ਪੈਦਾ ਕਰ ਦਿੱਤੀ ਕਿ ਤੂੰ ਇਹ ਕੀ ਕਰਨ ਲੱਗਾ। ਉਹ ਨਿਮਰਤਾ ਵਾਲੇ ਲਹਿਜੇ ਵਿੱਚ ਆਉਣ ਲੱਗਾ ਕਿਉਂਕਿ ਕਿਹਦੀ ਨਰਮਾਈ ਦੇਖ ਕੇ? ਕਪੂਰ ਸਿੰਘ ਭਰਾ ਦੀ। ਵੈਰੀ ਗੁੱਡ। ਇੰਨੀ ਹੌਲੀ ਤੇ ਇੰਨਾ ਇਹ ਬੇਮਲੂ ਜਿਸ ਵਿਚਲੀ ਰਮਨ ਨੂੰ ਦਰਬਾਰਾ ਸਿੰਘ ਹੀ ਬੁੱਝ ਸਕੇ। ਉਹ ਇੰਨੀ ਹੌਲੀ ਬੋਲਿਆ ਨਾ ਕੌਣ? ਸਰਪੰਚ ਘੰਘੂਰਿਆ ਕਿ ਦਰਬਾਰਾ ਸਿੰਘ ਬੁੱਝ ਗਿਆ ਕਿ ਮੈਨੂੰ ਇਹਨੇ ਰੋਕਣਾ ਚਾਹਿਆ? ਕਿੰਨੇ ਰੋਕਣਾ ਚਾਹਿਆ? ਸਰਪੰਚ ਨੇ। दरबारे नूं फिर वट चढ़ गया, उहदे पद्धर उत्ते मत्थे विच घुटियां फिर संघणियां हो गया। ओ मैं शुदाईआं जिहड़ा मल्लां मौली किसे दा भार चुकदा फिरां? ते किन्ने कहता? दरबारे दी टोन फिर बदल गई, किहदी चुक चाके? यस, पर तैनूं इनकार किहड़ी गल्लों है? कपूर सिंह ने फिर भी भाई बंदी वरती, फिर भरावां दी तरह गल कहिंदा तूं इनकार क्यों करदा? उहनूं पता लग गया कपूर सिंह नूं वी किते ना किते कौन दोनां धिरां विच कौन विघन पा रिहा? सरपंच, मेरे विच नहीं जान पैसा खर्च दी, मैं फाहे चढ़ा? दरबारा उसे तरह हवा नूं घूरदा सी, हवा विच उहने गुल छड़ दित्ती इधर मूंह करके, कहिंदा जद मेरे च पैसे खर्चन दी वाह नहीं, मैं एवें तेरे नाल साथ देवां, तू करनी करी जा कंध। यह नहीं पता वह बेचारा तां अग्गे ही औखा है कपूर सिंह जिन्हें कर्जा चुकिया किन्ने विघे जमीन दे के। यस, खबर हाले मैं किन्ना कर दिना, तू फिर दे दई जद होणगे उदों दे दई। कहिंदा मैं तेरे नाल इन्ना एडजस्ट कर लैणा कि तू जदों होणगे दे दई।
टूंडे लंबरदार ने गल मुकानी चाहिए, लेना देना बनिया होया ही है, कोई डर नहीं, अगर पिछड़ दा भी टूंडा लंबरदार समझदार ना काम लैंदा, पर अड़चन कौन पा रहा है? सरपंच कपूर सिंह की हालत उत्ते उन्हें तरस आ रहा सी, बाकी सब नूं हालत ते तरस आ रहा है, पर किन्नू तरस नहीं आ रहा, सरपंच चुक रहा है, तरस उन्हें भी आ गया दरबारा सिंह नूं, पर फिर किहदी चुक च आ गया? सरपंच दी। ये जड़े लोग ने ना तीसरी धिर आ जाए तो तमाशा देख दी है, आपस में ही अंदर बैठ के गल मिटा ली जाए ना तो गल मिट जाती है। ये लैसन सानू ये सबक दिंदा कि कभी किसी की चुक च नहीं आना चाहिए, समझदारी नाल आप ही घर अंदर बैठ के बाहर कन्नों कनी खबर ना हो, क्योंकि कंधा दे भी कन हुंदे ने, अंदर बैठ के जड़ी गल करनी है करनी चाहिए है, समझदारी नाल अपना तमाशा आप नहीं बनाना चाहिए। ये लैसन तुहानू सबक दिंदा है कि सांझ विच ही बरकत है, ते सांझी कंध कदे जे ढह भी पवे तो उन्हें समझदारी नाल बना उसार लेना चाहिए, भावे वह सांझी कंध रिश्तियां दी होवे ते भावे रहन दे लई मकान दी होवे। ये हुण रिश्तियां विच भी कड़वाहट आ जांदी ना जदो सांझ टुट जाए। नैक्सट कपूर सिंह बहुत दुखी होया, की करे की ना करे, क्योंकि उन्हें कोई सहारा नजर नहीं आया कि कोई उहदा साथ दे। ये बेईमान किसे पासे दी नहीं मंदा, पल्यों 400 रुपया ला के उन्हें मुफ्त विच कंध बना के दे दियो तां लोड़ है, जे अध मंगो तां लोड़ नहीं। ये कौन सोच रहा है? कपूर सिंह सोच रहा है, कहिंदा जे मैं अपने कोलो पैसा खर्च के कंध बना दा तां लोड़ है, जे पैसा नहीं खर्चना तां लोड़ ही नहीं। कहिंदा दरबारा सिंह ने साफ यही कहता ना, मैनूं तां लोड़ ही नहीं, तू जो करना कर लै। वह जानता है कंध तां इहनूं भी लोड़ है, कहिंदा लोड़ तां इहनूं है, जे बनेगी तां इहनूं भी फायदा ही है, सांझी कंध है, क्यों एवें खाम खा एवें मैनूं परेशान करन लग्या? आपस विच ही बोल रहा है दरबारा सिंह। कपूर सिंह बिर बिर करन लगा, बिर बिर मीन्स तरले मिनता करन लगा, उहदे अगे बिर बिर कर रहा है कि किसी तरह मन जाए, मेरे हाल कन्नी देख, की कह रहा है? मेरे हाल कन्नी देख, कौन कह रहा है? किन्नू? दरबारा सिंह नू। किन्ना चिर हो गया मैनू रुलदे नू, बेचारा किन्ने चिर तो, किन्ने चिर की खज्जल खुआरी उहनू, 8 महीनिया की आपां पढ़िया, हुण तू एवें अड़िका ना डा, अड़िका डाउणा, आपां एड़ा भाग मुहावरा कर चुके हैं, अड़िका डाउणा बेटे बोलो, झगड़ा करना, कहिंदा एवें तू अड़िका कर रहा, एवें झगड़ा पा रहे हैं, विघन पाउणा, एड़ा भाग मुहावरा देखना उहदे विच है, अड़िका डाउणा, अड़िका डाउणा, लिखो रुकावट पैदा करनी, लड़ाई झगड़ा करना, रोक पाउणी, विघन पाउणा, जिहड़ी भी ऑप्शन च होए मुहावरे दा अर्थ। हुण इहो जिहे मुहावरे तां तुहानूं वैसे ही आ सकदे आ जे सिलेबस च भी नहीं है, क्योंकि लैसन च है, ठीक है ना बेटे? नैक्सट निक्का जिहा खंगूरा फिर सुनिया उहनूं, फिर खंगूरा सुनिया उहनूं, थोड़ी जिही आस बजी, दरबारा दरबारे विच जिवें ओपरी जी हवा आ गई होवे, बिना अख मिलाए उहने कोरा होके आख्या, उहनूं लग्गिया कि खंगूरा भरिया है, शायद मेरा साथ देण लग्गा है, पर उहने की कीता, मेरा हाल किहड़ा चंगा है, मैं तेरे हाल कन्नी देखा, किने कहता? उन्हूं आस बजी कि इन्हें खुंगारा मारे, शायद मेरा साथ देने लगा है, पर की साफ कोरा जवाब दे दिता, कहना मेरा हाल किहड़ा चंगा जो मैं तेरे हाल नाल देखा। ये हुण जिवें आपां कोई रोल प्ले करना होवे ना, तो इदां उसे टोन च आपां रोल प्ले कर सकते हैं कि दरबारा सिंह किस टोन च बोलता है, तो कपूर सिंह दी टोन कहो जी है, नरमाई वाली। पटवारी सरपंच लंबरदार ते होर सारे चुप करके सुनते रहे, लोग तो तमाशा ही देखते ने कि दोनों भरावां दी किवें अनबन हो रही है, किहड़ी कंध नूं लैके, सांझी कंध नूं। कपूर सिंह ने होर मुच के होर समाई नाल कहा, की कहा? डूड इट दी ना सही, इक इट दी कर लै, कहिंदा जे मोटी कंध नहीं करनी, इक इट दी सही, थोड़े पैसे खर्च लै, क्योंकि जिहड़ी मोटी इट दी चनाई करांगे तां जिहड़ी ड्यूरेबिलिटी वधदी है, जे पतली इक इट दी करांगे तां उहदा फिर डिगण दा खतरा रहिंदा है। कहिंदा डूड इट दी ना सही, इक इट दी कर लै, इक इट भी नहीं करनी, किने कहता? कच्ची कर लै, कच्ची ना तां पक्की। वह बेचारा कहिंदा किसी तरह तां मन जाए, चल तू इटा दे अद्ध दे दे, मजूरी ना दे, मजूरी मीनस लेबर ना दे। वो कहिंदा किसी तरह मन जाए, हाँ तो कर दे, मैं बनाउण वाला तो बना, पैसे भी अपने वालों खर्च दवांगा, क्योंकि उन्हें पता कि मैं किन्नी देर का खज्जल खुआर हो रहा, कि मैं कबीलदार बंदा, इहनूं तां समझ नहीं आती एवें लोगों की चुक चाई जा रहा, जबकि वह घरों ज्यादा सुख है, वो ऑलरेडी दो घर भी है रहने लई,
ਇਹ ਵਿਚਾਰੇ ਕੋਲ ਘਰ ਵੀ ਹੈ ਨਹੀਂ ਪਰ ਤੁਸੀਂ ਦੇਖੋ ਗੱਲ ਕਿੱਥੇ ਬਣੀ ਔਰ ਕਹਾਣੀਕਾਰ ਨੇ ਕਿੰਨੀ ਕਹਾਣੀ ਨੂੰ ਲੰਬੀ ਇਸ ਕਰਕੇ ਕੀਤਾ ਸਮਝਾਉਣ ਲਈ ਕਿ ਕਿੱਦਾਂ ਗੱਲ ਨੂੰ ਲਮਕਾਇਆ ਜਾਂਦਾ ਹੈ ਕਿੱਦਾਂ ਬਾਹਰਲੇ ਲੋਕ ਘਰਾਂ ਦੀ ਸ਼ਾਂਤੀ ਨੂੰ ਖਰਾਬ ਕਰਦੇ ਨੇ ਕਹਿੰਦਾ ਮਜ਼ਦੂਰੀ ਨਾ ਸਹੀ ਉਹਨੇ ਹੋਰ ਘਾਂਪ ਖਾਧੀ ਪਰ ਦਰਬਾਰਾ ਤਾਂ ਇੱਕੋ ਆਟੇ ਦਾ ਸ਼ੀਂ ਸੀ ਇੱਕੋ ਗੱਲ ਤੇ ਅੜਿਆ ਰਿਹਾ ਗੱਲ ਮੰਨਣ ਲਈ ਤਿਆਰੀ ਸ਼ੀਂ ਮੀਨਸ ਸ਼ੇਰ ਬਣਿਆ ਹੋਇਆ ਸੀ ਸ਼ੀਂ ਹੁੰਦਾ ਸ਼ੇਰ ਹੋਰ ਵਿਗੜ ਕੇ ਬੋਲਿਆ ਉਹਨੇ ਅੰਦਰ ਪਤਾ ਨੀ ਕਿਹੜੀ ਦਲੇਰੀ ਆ ਗਈ ਕਿ ਮੈਂ ਤੈਨੂੰ ਟਿਕਣ ਹੀ ਨਹੀਂ ਦੇਣਾ ਜਦ ਮੈਂ ਕਹਿ ਦਿੱਤਾ ਨਾ ਤੈਨੂੰ ਮੈਨੂੰ ਨਹੀਂ ਲੋੜ ਮੈਂ ਨਹੀਂ ਕਰਨੀ ਮੈਂ ਨਹੀਂ ਕਰਨੀ ਮੈਂ ਆਪਣੀ ਜ਼ਿੱਦ ਤੇ ਅੜਿਆ ਤਾਂ ਅੜਿਆ ਹੁਣ ਉਹ ਪੱਕਾ ਹੀ ਹੋ ਗਿਆ ਨਾ ਉਹਨੂੰ ਸਰਪੰਚ ਦੀ ਅਜੇ ਹੀ ਚੁੱਕ ਮਿਲ ਗਈ ਜੇ ਕੰਧ ਕਪੂਰ ਸਿੰਘ ਵੀ ਕਰੇ ਤਾਂ ਢਾਉਣ ਵਾਲੇ ਤਾਂ ਆਧੀ ਦਾ ਤਾਂ ਕੋਲ ਹੋਣਾ ਜ਼ਰੂਰੀ ਹੈ ਨਾ ਆਪਣੇ ਘਰ ਨੂੰ ਸਾਂਭਣਾ ਸ਼ਤੀਰਾਂ ਠੰਮੀਆਂ ਦੇਣੀਆਂ ਉਹਨੇ ਹੋਰ ਵੀ ਠੰਮੇ ਨਾਲ ਦਰਬਾਰੇ ਨੂੰ ਆਖਿਆ ਕਹਿੰਦਾ ਤੂੰ ਮੇਰਾ ਸਾਥ ਤਾਂ ਦੇ ਜੇ ਪੈਸੇ ਨਹੀਂ ਦੇਣੇ ਪਰ ਤੇਰੀ ਰਜ਼ਾਮੰਦੀ ਬਿਨਾਂ ਮੈਂ ਕੰਧ ਨੂੰ ਛੇੜਾਂ ਕਿਵੇਂ ਦੂਜੇ ਬੰਦੇ ਦੀ ਰਜ਼ਾਮੰਦੀ ਚਾਹੀਦੀ ਜਦੋਂ ਜੁਆਇੰਟ ਫੈਮਿਲੀ ਹੋਵੇ ਨਹੀਂ ਤਾਂ ਕਹਿ ਦਿੰਦੇ ਤੂੰ ਇੱਕ ਇੱਟ ਨਹੀਂ ਲਾ ਸਕਦਾ ਮੇਰੀ ਰਜ਼ਾਮੰਦੀ ਤੋਂ ਬਿਨਾਂ ਮੈਂ ਸਟੇ ਲੈ ਲੈਣਾ ਕੋਰਟ ਤੋਂ ਏਦਾਂ ਹੀ ਕਹਿੰਦੇ ਆ ਨਾ ਜਦੋਂ ਜੁਆਇੰਟ ਫੈਮਿਲੀ ਹੋਏ ਤਾਂ ਕੋਈ ਵੀ ਆਪਣਾ ਆਪਣੀ ਮਨਮਰਜ਼ੀ ਅਨੁਸਾਰ ਉਹਨੂੰ ਠੀਕ ਨਹੀਂ ਕਰਵਾ ਸਕਦਾ ਇਹ ਵੀ ਰੋਲੇ ਰੱਪੇ ਹੁੰਦੇ ਨੇ ਜਿਹੜੇ ਜੁਆਇੰਟ ਫੈਮਿਲੀਜ਼ ਦੇ ਵਿੱਚ ਤੂੰ ਕੱਲ ਤਾਂ ਖੜ ਕੰਧ ਬਣੂਗੀ ਤਾਂ ਢਹਿ ਕੇ ਹੀ ਅੱਗੇ ਮੈਂ ਤਾਂ ਸਰਦਾਰ ਜੀ ਅੱਗ ਨਹੀਂ ਲਾਉਣ ਜਾਂਦਾ ਕੰਧ ਨੂੰ ਤੂੰ ਕਹਿੰਦਾ ਕੋਲ ਖੜ ਮੈਨੂੰ ਚੱਟੀ ਪਈ ਹੈ ਇਹ ਕੌਣ ਕਹਿ ਰਿਹਾ ਨਾ ਬਈ ਵਿੱਚੋਂ ਹੀ ਕਿਸੇ ਨੇ ਦਰਬਾਰੇ ਦੀ ਗੱਲ ਤੋਂ ਆਖਿਆ ਆ ਤਾਂ ਬਹਿ ਆ ਤਾਂ ਬਹਿ ਬੇ ਜਾ ਬੇ ਜੈ ਐ ਇਹ ਤਾਂ ਬਿਲਕੁਲ ਕਹਿੰਦਾ ਤੂੰ ਸਹੀ ਨਹੀਂ ਕਰ ਰਿਹਾ ਹੁਣ ਤਾਂ ਕਪੂਰ ਸਿੰਘ ਨੂੰ ਵੀ ਅੱਗ ਲੱਗ ਗਈ ਹੁਣ ਤਾਂ ਅੱਗ ਲੱਗਣਾ ਐਡਾ ਭਾਗ ਮੁਹਾਵਰਾ ਗੁੱਸਾ ਆ ਗਿਆ ਨਾ ਜਦੋਂ ਇੱਕ ਇਨਸਾਨ ਨੂੰ ਬਾਰ ਬਾਰ ਟੋਰਚਰ ਕਰੀ ਜਾਣਾ ਤੰਗ ਕਰੀ ਜਾਣਾ ਉਹ ਨਿਰਮਾਈ ਦੇ ਨਾਲ ਬੋਲੀ ਜਾ ਰਿਹਾ ਉਹਨੂੰ ਹੋਰ ਜ਼ਿਆਦਾ ਟੌਂਟਿੰਗ ਵੇ ਨਾਲ ਵਿਗਿਆਤਮਕ ਭਾਸ਼ਾ ਚ ਬੋਲੀ ਜਾਣਾ ਹਰਟ ਕਰਨ ਵਾਲੇ ਸ਼ਬਦ ਕਰ ਜਾਣਾ ਫਿਰ ਅੱਖ ਤੇ ਗੁੱਸਾ ਬੇਕਾਬੂ ਹੀ ਹੋਏਗਾ ਅੱਗ ਲੱਗ ਗਈ ਕਿ ਆ ਮੇਰਾ ਭਰਾ ਕਰਦਾ ਕੀ ਪਿਆ ਮੈਂ ਇੰਨਾ ਨਿਰਮਾਈ ਨਾਲ ਪੇਸ਼ ਆਇਆ ਔਰ ਮੈਂ ਤਾਂ ਇੱਥੋਂ ਤੱਕ ਮੰਨ ਗਿਆ ਕਿ ਪੈਸੇ ਵੀ ਮੈਂ ਸਾਰੇ ਖਰਚ ਦਿੰਦਾ ਪਰ ਤੂੰ ਮੇਰੇ ਨਾਲ ਸਾਥ ਤਾਂ ਦੇ ਤੇਰੀ ਰਜ਼ਾਮੰਦੀ ਤਾਂ ਚਾਹੀਦੀ ਹੈ ਨਾ ਉਸ ਗੱਲ ਤੇ ਵੀ ਨਹੀਂ ਇਹ ਮੰਨਿਆ ਤੂੰ ਕਹਿੰਦਾ ਕੋਲ ਖੜ ਮੈਨੂੰ ਤਾਂ ਚੱਟੀ ਹੈ ਕਹਿੰਦਾ ਮੈਨੂੰ ਕਿਹੜੀ ਪਈ ਹੈ ਹੁਣ ਤੱਕ ਕਪੂਰ ਸਿੰਘ ਨੂੰ ਅੱਗ ਲੱਗ ਗਈ ਇਹਨੂੰ ਕਹਿੰਦੇ ਨੇ ਸ਼ਰੀਕ ਹੁਣ ਕੁਸ਼ਚਨ ਦੇਖੋ ਸ਼ਰੀਕ ਕਿਹਨੂੰ ਕਹਿੰਦੇ ਨੇ ਚਾਚੇ ਤਾਏ ਸ਼ਰੀਕ ਹੁੰਦੇ ਨੇ ਜਿਹੜੇ ਕਿ ਦੂਜੇ ਦੀ ਕਿਤੇ ਕੰਮ ਵਿੱਚ ਵਿਘਨ ਪਾਉਣ ਚਾਚੇ ਤਾਇਆਂ ਦੇ ਕੰਮ ਵਿੱਚ ਵਿਘਨ ਪਾਉਣ ਵਾਲੇ ਇਹਨੂੰ ਕੀ ਕਹਿੰਦੇ ਨੇ ਸ਼ਰੀਕ ਉਹਦੇ ਉਹਨੇ ਦਿਲ ਵਿੱਚ ਆਖਿਆ ਬੰਦਾ ਕਿੱਥੋਂ ਤੱਕ ਸਬਰ ਕਰਦਾ ਹੈ ਹੁਣ ਵਿਚਾਰਾ ਦਿਲ ਨਾਲ ਹੀ ਸਮਝੌਤਾ ਕਰ ਰਿਹਾ ਦਿਲ ਨੂੰ ਹੀ ਕਹਿ ਰਿਹਾ ਕਹਿੰਦਾ ਕਿੱਥੋਂ ਤੱਕ ਸਬਰ ਕਰਾਂ ਇਹ ਤਾਂ ਕਿਸੇ ਗੱਲ ਮੰਨਿਆ ਨੀ ਇਹਨੂੰ ਕਹਿੰਦੇ ਨੇ ਸ਼ਰੀਕ ਤਾਂ ਤੂੰ ਉਹ ਤੱਤ ਨੂੰ ਮਾਰ ਕੇ ਪਰ ਥੋੜਾ ਤੇਜ਼ ਹੋ ਕੇ ਬੋਲਿਆ ਜੇ ਮੈਂ ਬਣਾ ਲਾਂ ਤਾਂ ਤੂੰ ਸ਼ਤੀਤ ਤਾਂ ਨਹੀਂ ਧਰੇਗਾ ਮੇਰੀ ਕੰਧ ਉੱਤੇ ਕਹਿੰਦਾ ਜੇ ਮੈਂ ਬਣਾ ਲਈ ਕੰਧ ਤੇ ਫਿਰ ਤੂੰ ਮੇਰੀ ਕੰਧ ਉੱਤੇ ਕੁਛ ਰੱਖੇਗਾ ਤਾਂ ਨੀ ਸ਼ਤੀਤ ਤਾਂ ਨੀ ਧਰੇਗਾ ਸ਼ਤੀਤ ਤੁਹਾਨੂੰ ਮੈਨੂੰ ਕਿਹੜਾ ਹਟਾ ਸਕਦਾ ਦੇਖੋ ਉੱਥੇ ਵੀ ਆਕੜ ਗਿਆ ਕਹਿੰਦਾ ਤੂੰ ਬਣਾ ਤੇਰੀ ਜ਼ਰੂਰਤ ਹੈ ਮੈਨੂੰ ਤਾਂ ਜ਼ਰੂਰਤ ਹੀ ਨਹੀਂ ਜੇ ਬਣਾਏਗਾ ਤਾਂ ਕੰਧ ਤਾਂ ਸਾਂਝੀ ਰਹਿਣੀ ਕਿਉਂਕਿ ਜੁਆਇੰਟ ਫੈਮਿਲੀ ਹੈ ਘਰ ਕੀ ਹੈ ਸਾਂਝਾ ਮੈਂ ਮਾਲਕ ਹਾਂ ਕਹਿੰਦਾ ਕੰਧ ਦਾ ਦੇਖੋ ਕੰਧ ਬਣਾਈ ਨੀ ਕੀਤੀ ਨੀ ਕਹਿੰਦਾ ਕੀ ਆ ਮੈਂ ਮਾਲਕ ਹਾਂ ਕੰਧ ਦਾ ਦੇਖੋ ਇਹ ਦਲੇਰੀ ਦੇਖੋ ਦਰਬਾਰਾ ਸਿੰਘ ਦੀ ਕੰਧ ਬਣਾਈ ਨੀ ਹੈ ਕੰਧ ਟਹਿ ਗਈ ਹੈ ਕਹਿੰਦਾ ਮੈਂ ਤਾਂ ਆਲਰੇਡੀ ਕੰਧ ਦਾ ਮਾਲਕ ਹਾਂ ਕੰਧ ਟਹਿ ਗਈ ਤਾਂ ਮੈਂ ਕੀ ਕਰਾਂ ਤੂੰ ਬਣਾ ਲਈ ਤਾਂ ਮੈਨੂੰ ਕੀ ਚੱਟੀ ਪਈ ਹੈ ਮਾਲਕ ਤਾਂ ਮੈਂ ਤਾਂ ਵੀ ਰਹਿਣਾ ਹੀ ਹੈ ਜੇ ਪੱਖੇ ਨਾ ਕਪੂਰ ਸਿੰਘ ਤਾਂ ਕੀ ਕਰੇ ਹੁਣ ਜਦੋਂ ਉਹਨੇ ਇਹ ਵੀ ਵਰਡ ਕਹਿਤਾ ਮਾਲਕ ਤਾਂ ਮੈਂ ਹੈਗਾ ਤਾਂ ਹੁਣ ਉਹਨੇ ਹੋਰ ਹੀ ਪੱਖਣਾ ਕਿੰਨੇ ਕਪੂਰ ਸਿੰਘ ਨੂੰ ਹੋਰ ਅੱਗ ਲੱਗਣੀ ਦਰਬਾਰੇ ਨੇ ਉਲਟੀ ਹੋਰ ਤੜੀ ਮਾਰ ਦਿੱਤੀ ਮੈਂ ਤਾਂ ਸਰਦਾਰ ਜੀ ਤੇਰੇ ਉੱਤੇ ਅਰਜ਼ੀ ਦੇਣੀ ਹੈ ਉਹੀ ਗੱਲ ਆ ਗਈ ਅਰਜ਼ੀ ਦੇਣੀ ਮੀਨਸ ਸਟੇ ਲੈ ਲੈਣਾ ਕਿ ਤੂੰ ਕੰਧ ਕਰਾ ਕਿੱਦਾਂ ਰਿਹਾ ਭਾਲਦਾ ਅੱਧ ਤੇਰਾ ਕੋਠਾ ਢਹਿਣ ਨਾਲ ਕੰਧ ਹੋ ਗਈ ਨੰਗੀ ਜੇ ਮੀਹਾਂ ਵਿੱਚ ਨੰਗੀ ਕੰਧ ਮੇਰਾ ਕੋਠਾ ਲੈ ਕੇ ਬਹਿ ਗਈ ਤਾਂ ਤੂੰ ਕੌਣ ਹੋਇਆ ਜ਼ਿੰਮੇਵਾਰ ਇਹ ਦਰਬਾਰ ਸਿੰਘ ਨੇ ਹੋਰ ਤੜੀ ਮਾਰ ਦਿੱਤੀ ਹੁਣ ਤਾਂ ਕਪੂਰ ਸਿੰਘ ਭੜਕ ਪਿਆ ਉਹ ਵਿਚਾਰੇ ਨੂੰ ਹੋਰ ਜ਼ਿਆਦਾ ਤੰਗ ਕੀਤਾ ਜਾ ਰਿਹਾ ਤੂੰ ਲਾ ਲਈ ਜਿਹੜਾ ਜ਼ੋਰ ਲਾਣਾ ਮੈਂ ਜਾਣਦਾ ਜਿਹੜਾ ਵਕੀਲ ਤੇਰੇ ਅੰਦਰ ਬੋਲਦਾ ਆ ਗਈ ਨਾ ਗੱਲ ਵਕੀਲਾਂ ਤੱਕ ਦੀ ਗੱਲ ਆ ਗਈ ਨੌਬਤ ਕਿੱਥੇ ਪਹੁੰਚ ਗਈ ਵਕੀਲਾਂ ਤੱਕ ਕਹਿੰਦਾ ਤੂੰ ਤਾਂ ਦਰਬਾਰਾ ਸਿੰਘ ਨੇ ਉਹਨੂੰ ਤੜੀ ਕੀ ਮਾਰੀ ਕਹਿੰਦਾ ਮੈਂ ਤਾਂ ਤੈਨੂੰ ਕੀ ਕਹਿੰਦਾ ਮੈਂ ਤਾਂ ਸਟੇ ਲੈ ਲੈਣਾ ਕਹਿੰਦਾ ਕਹਿੰਦਾ ਤੂੰ ਤਾਂ ਕੰਧ
ਜਿਹੜਾ ਬਣਾ ਹੀ ਨਹੀਂ ਸਕਦਾ ਮੈਂ ਤਾਂ ਅਰਜ਼ੀ ਦੇ ਦੇਣੀ ਆ ਕਹਿੰਦਾ ਮੈਨੂੰ ਪਤਾ ਤੇਰੇ ਅੰਦਰ ਕਿਹੜਾ ਵਕੀਲ ਬੋਲਦਾ ਕਿਹੜਾ ਵਕੀਲ ਬੋਲਦਾ ਦੱਸ ਸਕਦਾ ਯੈਸ ਸਰਪੰਚ ਬੋਲਦਾ ਉਹਦੇ ਅੰਦਰ ਬੋਲਦਾ ਅਰਜ਼ੀ ਦਊ ਇਹ ਨਗੋਰਾ ਮੇਰੇ ਉੱਤੇ ਹੁਣ ਗਿਣ ਗਿਣ ਕੇ ਲਈ ਤੂੰ ਹਰਜਾਨਾ ਮੇਰੇ ਕੋਲ ਹਵੇਲੀ ਦਾ ਚੱਲ ਮੈਂ ਢਾਉਣਾ ਕੰਧ ਆ ਹਟਾ ਤੂੰ ਮੈਨੂੰ ਹੁਣ ਲੜਾਈ ਝਗੜੇ ਦੀ ਨੌਬਤ ਆ ਗਈ ਦੇਖੋ ਇਹਦਾ ਨਤੀਜਾ ਕੀ ਨਿਕਲਣਾ ਹੁਣ ਦਰਬਾਰਾ ਭਾਵੇਂ ਕਪੂਰ ਸਿੰਘ ਤੋਂ ਕੁਛ ਛੋਟਾ ਸੀ ਸਰੀਰ ਦਾ ਵੀ ਲਿੱਸਾ ਸੀ ਦਰਬਾਰਾ ਕਮਜ਼ੋਰ ਸੀ ਲਿੱਸਾ ਮੀਨਸ ਕਮਜ਼ੋਰ ਅੱਗੇ ਕਦੇ ਉਹਦੇ ਸਾਹਮਣੇ ਇਉਂ ਬੋਲਿਆ ਹੀ ਨਹੀਂ ਪਰ ਚੁੱਕ ਬੁਰੀ ਹੁੰਦੀ ਹੈ ਚੁੱਕ ਕਿਹਦੀ ਬਸ ਇੰਨੀ ਗੱਲ ਸਮਝ ਲਓ ਕਿ ਇਸ ਕਹਾਣੀ ਵਿੱਚ ਇੱਕ ਦਰਬਾਰਾ ਸਿੰਘ ਦੇ ਡਾਇਲੋਗ ਹੈ ਇੱਕ ਕਪੂਰ ਸਿੰਘ ਦੇ ਤੇ ਤੀਜਾ ਬੰਦਾ ਕਿਹੜਾ ਆਇਆ ਦਰਬਾਰਾ ਸਿੰਘ ਉੱਠ ਕੇ ਖੜਾ ਹੋ ਗਿਆ ਤੇ ਬਾਹਾਂ ਚਾੜਦਾ ਗੜਕੇ ਨਾਲ ਬੋਲਿਆ ਤੂੰ ਹੱਥ ਤਾਂ ਲਾ ਜਾ ਕੇ ਕੰਧ ਨੂੰ ਕੜੀ ਦਿਖਾਉਣ ਲੱਗਾ ਕਹਿੰਦਾ ਲਾ ਫਿਰ ਕੰਧ ਨੂੰ ਹੱਥ ਹੁਣ ਗੱਲ ਕੀ ਹੋਣੀ ਹੈ ਲੜਾਈ ਨੇੜੇ ਹੀ ਸੀ ਦੋਵੇਂ ਉਲਝ ਪਏ ਟੁੰਡੇ ਲੰਬਰਦਾਰ ਨੇ ਝੱਟ ਉੱਠ ਕੇ ਦਰਬਾਰੇ ਨੂੰ ਡੱਕ ਦਿੱਤਾ ਤਾਂ ਕਪੂਰ ਸਿੰਘ ਨੂੰ ਚਲੇ ਜਾਣ ਦੀ ਸਹਿਣਤ ਕੀਤੀ ਕਹਿੰਦਾ ਚਲੇ ਜਾ ਕਪੂਰ ਸਿੰਘ ਨੂੰ ਇਸ਼ਾਰਾ ਕੀਤਾ ਸਹਿਣਤ ਮੀਨਸ ਇਸ਼ਾਰਾ ਕਪੂਰ ਸਿੰਘ ਉੱਥੋਂ ਤੁਰ ਪਿਆ ਉਹ ਵਿਚਾਰੇ ਨੇ ਗੱਲ ਮੰਨ ਲਈ ਮੱਖਾ ਚੱਲ ਤਾਂ ਸਹੀ ਮੈਂ ਢਾਉਣਾ ਤੂੰ ਹਟਾਈ ਦੇਖੀ ਨਾਲੇ ਹੁਣ ਕੰਧ ਵੀ ਬੰਦੀ ਤੇ ਕਿਵੇਂ ਆ ਨਾਲੇ ਨਾ ਦੇ ਅੱਖਾਂ ਭਲਾ ਤੂੰ ਅੱਧ ਹੁਣ ਕਪੂਰ ਸਿੰਘ ਨੂੰ ਗੁੱਸਾ ਆ ਗਿਆ ਕਹਿੰਦਾ ਮੈਂ ਦੇਖਾਂਗਾ ਤੂੰ ਅੱਧ ਕਿਵੇਂ ਨਹੀਂ ਦਿੰਦਾ ਪਟਵਾਰ ਖਾਨੇ ਦਾ ਬੂਹਾ ਲੰਘਦਿਆਂ ਉਹ ਕਹਿ ਰਿਹਾ ਸੀ ਕੌਣ ਕਹਿ ਰਿਹਾ ਸੀ ਕਪੂਰ ਸਿੰਘ ਨੂੰ ਵੀ ਭੜਕ ਪਿਆ ਸਾਰਾ ਪਿੰਡ ਦਰਬਾਰੇ ਨੂੰ ਕੋਸਣ ਲੱਗਾ ਕਿਹਨੂੰ ਕੋਸੇਗਾ ਪਿੰਡ ਕਿਹਨੂੰ ਕੋਸਣ ਲੱਗਾ ਦਰਬਾਰਾ ਸਿੰਘ ਨੂੰ ਜਿਹੜਾ ਗਲਤ ਕਰ ਰਿਹਾ ਕੋਸਣਾ ਮੀਨਸ ਬੁਰਾ ਭਲਾ ਕਹਿਣਾ ਸਾਰਾ ਪਿੰਡ ਉਹਨੂੰ ਦਰਬਾਰੇ ਨੂੰ ਕੋਸਦਾ ਵੀ ਉਹ ਵਿਚਾਰੇ ਅੱਗੇ ਘਰੋਂ ਪੂਰਾ ਸੁਰਾ ਉਹ ਕਬੀਲਦਾਰ ਬੰਦਾ ਹੈ ਉਹਦੇ ਕੋਲ ਰਹਿਣ ਜੋਗਾ ਘਰ ਨਹੀਂ 8 ਮਹੀਨਿਆਂ ਦਾ ਉਹ ਜੂਝ ਰਿਹਾ ਖੱਜਲ ਖੁਆਰ ਹੋ ਰਿਹਾ ਤੇ ਇਹ ਸਾਥ ਹੀ ਨਹੀਂ ਦੇ ਰਿਹਾ ਇਹਦੇ ਕੋਲ ਆਲਰੇਡੀ ਦੋ ਦੋ ਘਰ ਨੇ ਰਹਿਣ ਲਈ ਕਪੂਰ ਸਿੰਘ ਦੁਚਿੱਤੀ ਵਿੱਚ ਪੈ ਗਿਆ ਘਰ ਬਣਾਵੇ ਕਿ ਨਾ ਬਣਾਵੇ ਇਹਦੋਂ ਚੰਗਾ ਤਾਂ ਪਿੰਡੋਂ ਬਾਹਰ ਵਸਣਾ ਹੈ ਕਹਿੰਦਾ ਮੇਰਾ ਤਾਂ ਦਿਲ ਕਰਦਾ ਮੈਂ ਪਿੰਡ ਹੀ ਛੱਡ ਦਿਆਂ ਕੰਧ ਬੰਦੀ ਦਿਸਦੀ ਨਹੀਂ ਅੱਧੀ ਵੰਡ ਕੇ ਬਣਾਉਣ ਜਾਂ ਠੋਕਰਾਂ ਕਰਨ ਵਿੱਚ ਉਹ ਗੱਲ ਨਹੀਂ ਆਪਣੇ ਆਪ ਚ ਹੀ ਸੋਚ ਰਿਹਾ ਦੁਚਿੱਤੀ ਵੀ ਦੋ ਮਨ ਅੰਦਰ ਸੋਚੀ ਜਾ ਰਿਹਾ ਕੀ ਕਰੇ ਨਾ ਕਰੇ ਕਹਿੰਦਾ ਮੈਨੂੰ ਨੀ ਲੱਗਦਾ ਕਿ ਜਿੱਦਾਂ ਇਹਨੇ ਅੜਚਨ ਪਾਈ ਹੈ ਕੰਧ ਨੀ ਬੰਦੀ ਦਿਖਦੀ ਕਿ ਇਹਨੇ ਹੋਰ ਅੜਿੱਕਾ ਡਾਹ ਦੇਣਾ ਲੜਾਈ ਝਗੜਾ ਕਰ ਦੇਣਾ ਚਾਰ ਚੁਫੇਰਿਓ ਪੱਕਾ ਸੋਹਲਾ ਟੱਲੀ ਵਰਗਾ ਚਕੋਰ ਘਰ ਬਣ ਜਾਂਦਾ ਅਖੀਰ ਉਹਨੇ ਫੈਸਲਾ ਕੀਤਾ ਉਹ ਕੰਮ ਸ਼ੁਰੂ ਕਰੇ ਜਦ ਕੰਧ ਉੱਤੇ ਆ ਗਿਆ ਤਾਂ ਆਪੇ ਕੋਈ ਨਾ ਕੋਈ ਰਾਹ ਨਿਕਲ ਆਵੇਗਾ ਫੈਸਲਾ ਕਰ ਲਿਆ ਦਲੇਰੀ ਕਰ ਲਈ ਅੜਿਆ ਤਾਂ ਕਿਸੇ ਦਾ ਕੁਝ ਨਹੀਂ ਰਹਿੰਦਾ ਨਾ ਪੱਕੀ ਬਣ ਗਈ ਤਾਂ ਚੰਗਾ ਨਹੀਂ ਤਾਂ ਠੋਕਰਾਂ ਕਰਕੇ ਉੱਤੇ ਪਸਵੱਲੀਆਂ ਹੀ ਪਾ ਦਿਆਂਗੇ ਉੱਦਾਂ ਹੀ ਕਹਿੰਦਾ ਜਿਹੜੀ ਆ ਪਸਵੱਲੀ ਹੁੰਦਾ ਛੱਤ ਦੀ ਕੰਧ ਉੱਤੇ ਬਰਾਬਰ ਦੀ ਰੱਖੀ ਛਤੀਰੀ ਮੀਨਸ ਕੱਚੀ ਬਣਾ ਲਵਾਂਗੇ ਕੰਮ ਸਾਰ ਲਵਾਂਗੇ ਜੇ ਨਹੀਂ ਬਣਾਉਣ ਦੇਗਾ ਤਾਂ ਇੱਕ ਪਾਸਾ ਜਾਣੋ ਕੱਚਾ ਹੀ ਰਹਿ ਗਿਆ ਕਹਿੰਦਾ ਇਹ ਮੰਨ ਲਾਂਗੇ ਇੱਕ ਪਾਸਾ ਕੱਚਾ ਰਹਿ ਗਿਆ ਹੋਰ ਹੁਣ ਕੀਤਾ ਕੀ ਜਾਵੇ ਜਦ ਮੰਨਦਾ ਹੀ ਨਹੀਂ ਹੈ ਲੋਕ ਤਾਂ ਕਹਿੰਦੇ ਸਨ ਜਾ ਕੇ ਡਿਪਟੀ ਦੇ ਅਰਜ਼ੀ ਮਾਰ ਕਿ ਡਿਪਟੀ ਕਮਿਸ਼ਨਰ ਨੂੰ ਜਾ ਕੇ ਦੱਸ ਆਪਣੀ ਅਰਜ਼ੀ ਦੱਸ ਦੇ ਦੇ ਪਰ ਮਾਮਲਾ ਹੋਰ ਚੱਕਰ ਵਿੱਚ ਪੈ ਜਾਣਾ ਕਹਿੰਦਾ ਜੇ ਮੈਂ ਵੀ ਅਰਜ਼ੀ ਗਿਆ ਤਾਂ ਉਹਨੇ ਵੀ ਤਾਂ ਅਰਜ਼ੀ ਪਾ ਦੇਣੀ ਤੇ ਮਾਮਲਾ ਉਲਝ ਜਾਣਾ ਤੇ ਰਿਜ਼ਲਟ ਤਾਂ ਚੰਗਾ ਨਿਕਲਣਾ ਨਹੀਂ ਜੇਠ ਹਾੜ ਦੇ ਖੁੱਲੇ ਦਿਨ ਲੰਘਦੇ ਜਾਂਦੇ ਸਨ ਜੇਠ ਹਾੜ ਇਹ ਕਿਹੜਾ ਮਹੀਨਾ ਹੁਣ ਭਾਦੋ ਦਾ ਜੇਠ ਹਾੜ ਕਿਹੜੇ ਹੁੰਦੇ ਨੇ ਮਈ ਜੂਨ ਦੇ ਮਹੀਨੇ ਜਿਹੜੇ ਪਿਛਲੇ ਮਹੀਨੇ ਨਿਕਲੇ ਹੈ ਦੇਸੀ ਮਹੀਨਿਆਂ ਦੇ ਨਾਂ ਨੇ ਭਰ ਗਰਮੀ ਦੇ ਮਹੀਨੇ ਨੇ ਜੇ ਇਸੇ ਤਰ੍ਹਾਂ ਕਦਿਆਂ ਸਿਆਲ ਆ ਗਿਆ ਸਿਆਲ ਮੀਨਸ ਸਰਦੀ ਆ ਗਈ ਠੰਡ ਆ ਗਈ ਤਾਂ ਕੰਮਾਂ ਰਾਜਾਂ ਤੋਂ ਉਂਝ ਨਹੀਂ ਮੁੱਕਿਆ ਕਰਨਾ ਨਾਲੇ ਹੁੰਦਾ ਖੁੰਝਿਆ ਖਬਰੇ ਕਦ ਉੱਤੇ ਜਾ ਪਵੇ ਕਹਿੰਦਾ ਵੇਲਾ ਖੁੰਝਾਉਣਾ ਨੀ ਚਾਹੀਦਾ ਜਿਹੜਾ ਕੰਮ ਵੇਲੇ ਸਿਰ ਹੋ ਜਾਏ ਚੰਗਾ ਪਰਮਾਤਮਾ ਆਪੇ ਸਾਥ ਦੇਗਾ ਕਹਿੰਦਾ ਆਪਣੇ ਆਪ ਚ ਹੀ ਸੋਚੀ ਜਾ ਰਿਹਾ ਕੌਣ ਕਪੂਰ ਸਿੰਘ ਬਹੁਤ ਲੰਬੀ ਕਹਾਣੀ ਹੈ ਥੋੜਾ ਜਿਹਾ ਟਾਈਮ ਲੱਗਣਾ ਇਹਦੇ ਤੇ ਕੰਮ ਸ਼ੁਰੂ ਹੋ ਗਿਆ ਚਾਚੀ ਰਾਮ ਕੋਲ ਵਾਲੀ ਕੰਧ ਢਾ ਕੇ ਮਜ਼ਦੂਰਾਂ ਨੀਹਾਂ ਕੱਢਣ ਲੱਗ ਪਏ ਤਿੰਨ ਦਿਨਾਂ ਵਿੱਚ ਕੰਧ ਸਿਰੇ ਚਾਹ ਲੱਗੀ ਦਲਾਨ ਬਰਾਂਡਾ ਰਸੋਈ ਤੇ ਹੋਰ ਸਾਰੀਆਂ ਨੀਹਾਂ ਭਰੀਆਂ ਗਈਆਂ ਬੈਠਕ ਦੀਆਂ ਕੰਧਾਂ ਵੀ ਬਣ ਗਈਆਂ ਬੂਹਿਆਂ ਤੇ ਬਾਰੀਆਂ ਦੀਆਂ ਚੁਗਾਠਾਂ ਵੀ ਖੜੀਆਂ ਹੋ ਗਈਆਂ ਦਸਾਂ ਦਿਨਾਂ ਵਿੱਚ ਥਾਂ ਦਾ ਹੁਲੀਆ ਹੀ ਬਦਲ ਗਿਆ ਹੁਲੀਆ ਬਦਲ ਗਿਆ ਨਾ ਤੇ ਮੁਕਾਬਲੇ ਦੀ ਚਾਚੀ ਰਾਮ ਕੌਰ ਵਾਲੀ ਕੰਧ ਪੱਕੀ ਕੰਧ ਸਾਹਮਣੇ ਦਰਬਾਰੇ ਦੀ ਕੱਚੀ ਕੰਧ ਹੁਣ ਬੁਰੀ ਦਿਸਣ ਲੱਗ ਪਈ ਆਉਂਦਾ ਜਾਂਦਾ ਹਰ ਕੋਈ ਆਖੇ ਹੁਣ ਇਹ ਵੀ ਦਲਿੱਦਰ ਕੱਢ ਕੇ ਛੱਡਿਓ ਦਲਿੱਦਰ ਮੀਨਸ ਦਲਿੱਦਰ ਮੀਨਸ ਆ ਜਿਹੜੀ ਮਾੜੀ ਕੰਧ ਨਜ਼ਰ ਆਉਂਦੀ ਨਾ ਉਹ ਦਰਬਾਰੇ ਵਾਲੇ ਹਿੱਸੇ ਦੀ ਇਹਨੂੰ ਵੀ ਦੂਰ ਕਰ ਦੇਣਾ ਚਾਹੀਦਾ ਸੀ ਬਾਕੀ ਤਾਂ ਸਾਰਾ ਘਰ ਨਵਾਂ ਬਣ ਗਿਆ ਪਰ ਦਰਬਾਰੇ ਨੇ ਅਜੇ ਵੀ ਇੱਕੋ ਨੰਨਾ ਫੜਿਆ ਹੋਇਆ ਸੀ ਨੰਨਾ ਮੀਨਸ ਨਾ ਫੜੀ ਹੋਈ ਸੀ ਬੈਠਕ ਦੀਆਂ ਸਾਰੀਆਂ ਬੂਹੇ ਬਾਰੀਆਂ ਬੂਹਿਆਂ ਉੱਤੇ ਲੈਂਟਰ ਲੱਗ ਗਏ ਲੈਂਟਰ ਮੀਨਸ ਲੈਂਟਰ ਪੈ ਗਏ
ड्योड़ी की चुगाट भी धरेगी। बैठक चाची राम की कंध नाल सी ते लंघन वाली ड्योड़ी दरबारे वाल। ड्योड़ी मीनस हुंदा एंट्रेंस। पुराने घरों में पहले ड्योड़ी आंदी, फिर वेड़ा आंदा, फिर कोरीडोर आंदे ने, फिर रूम्स आंदे ने। ड्योड़ी मीनस जिथे स्कूटर साइकिल खड़े करते हैं लोग घरों के, उन्हें ड्योड़ी कहते हैं। समझ आती? मकान बने होंगे ना, दहलीज तो अगे की आती है ड्योड़ी, ड्योड़ी तो बाद की आंदा खुला वेड़ा, वेड़े तो बाद की आंदा वरांडा, वरांडे तो बाद कमरे। ड्योड़ी का लेंटर लाने लई हुण दरबारे वाली कंध का फैसला होना जरूरी सी। एक दिन होर किसी पासे हथ नहीं सी चल सकता। जब कोई वाह ना चली तो कपूर सिंह ने दरवाजे इकट्ठ किया, सारा पिंड चौंतरे उत्ते जुड़ गया। चौंतरे मीनस चौंक विच। पंचायत ने दरबारे नूं सत्थ विच बुलाया। सत्थ मीनस इकट्ठ विच। पिंडां विच सत्थ बुलांदे ने कोई मामला जिहड़ा फैसला करना होवे किसी मामले का, ता कंध करन लई आख्या। पहला तो उन्हें बड़े पैर अड़ाए, मैं कुड़ी का विआह करना है, मैनूं लोड़ नहीं, मैनूं पुज्जत नहीं, मेरा नहीं सरदा। अखीर पंचायत ने समझा धमा के धमका के मना ही लिया। किनू? दरबारा सिंह। पिंड दी सांझी राय सामने उन्हें झुकना ही पिया। किनू झुकना पिया? मजूरी उन्हें छड़ी गई। कहना मजूरी ना दे बई, मजूरी मीन मजूरी छड़ दिती उन्हें। इट्टा ते होर समान का अद्ध देना किता, क्योंकि हाले कंध की इन्नी लोड़ नहीं सी, इसलिए रियायत वजो रकम दो लंबिया किश्तों विच वंड दित्ती। कि किश्तों विच देगा ये कंध की रकम? किदे विच देगा? किश्तों विच। आंदी लोहड़ी छड़ के पहली किश्त निमाणी नूं ते दूजी अगली लोहड़ी नूं। दिन भी मिथे गए। निमाणी काश्ती आंदी है, त्यौहार का दिन आंदा, कहिंदा पहली किश्त उदों देगा ते दूजी लोहड़ी नूं। कागज़ तैयार हो गए। बाकी आपां बेटे नैक्सट क्लास करांगे, ठीक है बच्चे? एक बार तुसी फ्री टाइम से कहानी पढ़ लेनी है, थोड़ी जी लंबी कहानी है, और कल का टेस्ट भी प्रिपेयर कर लेना। थैंक यू सो मच।